ਸਿੱਖ ਪੜ੍ਹਦੇ ਨੇ ਜਪਜੀ ਸਾਹਿਬ ਦੀ ਬਾਣੀ, ਤੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਵੀ ਜਪਜੀ ਸਾਹਿਬ ਕਿਆ ਆਨੰਦ ਹੈ ਜਪਜੀ ਸਾਹਿਬ ਦਾ। ਗੁਰਮੁਖੋ ਜਪਜੀ ਸਾਹਿਬ ਤੁਰ ਦਰਗਾਹੋਂ ਮਹਾਰਾਜ ਜੀ ਨੇ ਜਦੋਂ ਉਚਾਰਨ ਕੀਤਾ, ਉਸ ਤੋਂ ਬਾਅਦ ਦੁਨੀਆਂ ਦੇ ਉੱਤੇ ਐਸੀ ਕਿਰਪਾ ਅਕਾਲ ਪੁਰਖ ਦੀ ਹੋਈ ਹੈ ਜਿਨ੍ਹਾਂ ਨੇ ਜਪਜੀ ਸਾਹਿਬ ਪੜ੍ਹਿਆ ਹੈ, ਗੱਲ ਹੀ ਛੱਡ ਦਿਓ। ਜਪਜੀ ਸਾਹਿਬ ਤੁਹਾਡੇ ਅੰਦਰ ਕਰਮਾਂ ਨੂੰ ਨਹੀਂ ਰਹਿਣ ਦਿੰਦਾ, ਤੁਹਾਡੇ ਅੰਦਰ ਜੋ ਮਾੜੇ ਕਰਮ ਪਏ ਨੇ, ਤੁਹਾਡੀ ਗਰੀਬੀ ਹੈ, ਦੁੱਖ, ਰੋਗ ਸਰੀਰ ਦੇ, ਤੁਹਾਡੀ ਤਰੱਕੀ ਕੋਈ ਸੰਸਾਰੀ ਤਰੱਕੀ, ਜਿਹੜਾ ਬੰਦਾ ਜਪਜੀ ਸਾਹਿਬ ਕਰਨ ਲੱਗ ਗਿਆ ਬਸ ਉਹਦਾ ਰਸਤਾ ਸਾਫ਼ ਹੋਣ ਲੱਗ ਗਿਆ। ਦਿਨ ਜਿਵੇਂ ਜਿਵੇਂ ਦਿਨ ਬਦਿਨ ਕਰਦੇ ਜਾਓਗੇ ਤੁਹਾਡੇ ਰਾਹ ਖੁੱਲਦੇ ਹੀ ਜਾਣੇ, ਖੁੱਲਦੇ ਹੀ ਜਾਣੇ, ਖੁੱਲ। ਜਪਜੀ ਸਾਹਿਬ ਦੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮ ਗਿਆਨ ਕੀ ਹੁੰਦਾ ਹੈ? ਅਕਾਲ ਪੁਰਖ ਦਾ ਗਿਆਨ ਕੀ, ਅਕਾਲ ਪੁਰਖ ਦਾ ਸਰੂਪ ਕੀ ਹੈ, ਅਕਾਲ ਪੁਰਖ ਦੀ ਜੋ ਹੈ ਅਵਸਥਾ ਕੀ ਹੈ, ਨੇਚਰ ਕੀ ਹੈ, ਜਿਹੜਾ ਉਹ ਨਿਰਗੁਣ ਬ੍ਰਹਮ ਹੈ ਉਹ ਕੈਸਾ ਹੈ। ਜਦੋਂ ਕਿਸੇ ਦੀ ਆਤਮਾ ਉਸ ਨਿਰਗੁਣ ਬ੍ਰਹਮ ਦੇ ਵਿੱਚ ਪਹੁੰਚਦੀ ਹੈ ਉਹਨੂੰ ਕੀ ਮਹਿਸੂਸ ਹੁੰਦਾ ਹੈ? ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਅੱਛਾ ਆਨੰਦ ਉਹਨੂੰ ਮਹਿਸੂਸ ਹੁੰਦਾ ਹੈ। ਉਸਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਨਾ ਮੈਂ ਕਦੇ ਜੰਮਣਾ ਹੈ, ਨਾ ਮੈਂ ਕਦੇ ਮਰਨਾ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਜਪਜੀ ਸਾਹਿਬ ਨਾਲ ਤੁਹਾਨੂੰ ਪ੍ਰਾਪਤ ਹੋ ਜਾਏਗਾ। ਪਰ ਜਪਜੀ ਸਾਹਿਬ ਕਰਨਾ ਕਿਸ ਤਰ੍ਹਾਂ? ਜਪਜੀ ਸਾਹਿਬ ਕੰਠ ਕਰ ਲਓ, ਜਿਹੜੇ ਨਹੀਂ ਜਿਹਨਾਂ ਨੂੰ ਹੈਗਾ ਉਹ ਪੁੱਥੇ ਤੋਂ ਕਰ ਲਓ, ਪਰ ਕੋਸ਼ਿਸ਼ ਕਰੋ ਕੰਠ ਕਰ ਲਓ। ਕੰਠ ਕਰਕੇ ਨਾ ਫਿਰ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ ਜਪਜੀ ਸਾਹਿਬ ਦੇ 2, 4, 5, 11 ਪਾਠ ਕਰੋ, ਫਿਰ ਦੇਖਿਓ ਫਿਰ ਇਹਦੀ ਕਰਾਮਾਤ ਦੇਖਿਓ। ਇੱਕ ਵਾਰੀ ਮੈਨੂੰ ਕੋਈ ਫਿਜ਼ੀਕਲ ਪ੍ਰੋਬਲਮ ਹੋ ਗਈ ਸੀਗੀ, ਡਾਕਟਰ ਕਹਿੰਦੇ ਓਪਰੇਟ ਕਰਨਾ ਪੈਣਾ, ਤੇ ਮੈਂ ਕਿਹਾ ਵੀ ਨਹੀਂ, ਰੂਮਿਆਂ ਦੀ ਬਿਲ ਵੀ ਹੋ ਗਈ, ਵੀ ਡਾਕਟਰ ਸਾਹਿਬ ਦੇਖੋ ਜੇ ਕੁਛ ਹੋ ਸਕਦਾ ਤਾਂ। ਕਹਿੰਦਾ ਨਹੀਂ, ਓਪਰੇਟ ਤਾਂ ਕਰਨਾ ਹੀ ਪੈਣਾ। ਫਿਰ ਮੈਂ ਕਿਹਾ ਵੀ ਮੈਂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਤੇ ਚਲੋ ਜਿਵੇਂ ਮਹਾਰਾਜ ਜੀ ਨੇ ਪ੍ਰੇਰਨਾ ਦਿੱਤੀ ਨਾ, 25 ਪਾਠ ਜਪਜੀ ਸਾਹਿਬ ਦੇ ਮਹਾਰਾਜ ਜੀ ਕਰਾਉਣ ਲੱਗ ਗਏ, ਤੇ ਮੈਂ ਜ਼ਿਆਦਾ ਦਿਨ ਨਹੀਂ, ਮਤਲਬ 15-20 ਦਿਨ ਸਤਿਗੁਰੂ ਜੀ ਨੇ ਕਰਾਏ, ਤੇ ਉਹ ਪ੍ਰੋਬਲਮ ਸਤਿਗੁਰੂ ਜੀ ਨੇ ਵੈਸੇ ਠੀਕ ਕਰਤੇ, ਟੈਸਟ ਕਰਾਏ, ਸਾਰਾ ਕੁਛ ਕਰਾਇਆ, ਮਹਾਰਾਜ ਨੇ ਕਿਰਪਾ ਕਰਤੀ, ਓਪਰੇਟ ਕਰਾਉਣਾ ਹੀ ਨਹੀਂ ਪਿਆ। ਇਹ ਸਨ 2015-16 ਦੀ ਗੱਲ ਹੈ। ਹਾਂਜੀ, ਛੋਟੀ ਜਿਹੀ ਗੱਲ ਹੈ, ਜਪਜੀ ਸਾਹਿਬ ਤਾਂ ਤੁਹਾਨੂੰ ਸਭ ਕੁਛ ਦੇ ਦੇਗਾ, ਐਡੀ ਬਖਸ਼ਿਸ਼ ਹੈ ਜਪਜੀ ਸਾਹਿਬ ਦੇ ਵਿੱਚ। ਹਿੰਦੂ ਵੀਰ ਵੀ ਕਰਦੇ, ਬਹੁਤ ਅਲੱਗ ਅਲੱਗ ਬੰਦੇ ਕਰਦੇ, ਉਹਨਾਂ 'ਤੇ ਬੜੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ, ਤੁਹਾਡੇ ਅੰਦਰ ਸਾਰਾ ਗਿਆਨ ਦਾ ਪ੍ਰਕਾਸ਼ ਕਰ ਦੇਗਾ, ਤੁਹਾਡੇ ਕਰਮਾਂ ਦਾ ਨਾਸ਼ ਕਰ ਦੇਗੀ। ਜਪਜੀ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਿਆ ਕਰੋ, ਅਤੇ ਜਿਨ੍ਹਾਂ ਨੇ ਜ਼ਿਆਦਾ ਜਪਜੀ ਸਾਹਿਬ ਦੇ ਪਾਠ ਕਰਨੇ ਨਾ, 11 ਤੋਂ ਘੱਟ ਨਹੀਂ ਕਰਨੇ, 11 ਦੀ ਮਰਿਆਦਾ ਹੈ। ਜਿਹੜਾ ਬੰਦਾ 11 ਜਪਜੀ ਸਾਹਿਬ ਦੇ ਪਾਠ ਰੋਜ਼ ਕਰੇਗਾ, 11, ਇੱਕ ਮਹੀਨਾ ਤੁਸੀਂ ਕੀਤੇ ਅਤੇ ਇਹ ਤੁਹਾਡੇ ਹੋ ਗਏ 325-300 ਪਾਠ ਹੋ ਗਏ ਮੇਰਾ, ਹੈਂਜੀ, ਅਤੇ ਇਹ ਇੱਕ ਸਹਿਜ ਪਾਠ ਦਾ ਫਲ ਤੁਹਾਨੂੰ ਮਿਲ ਜਾਏਗਾ, ਜਿਹੜਾ ਬੰਦਾ 11 ਰੋਜ਼ ਕਰੇਗਾ। ਕੋਲੇ ਜਲ ਰੱਖ ਕੇ ਕਰਿਆ ਕਰੋ, ਠੀਕ ਹੈ ਜੀ। ਜਪਜੀ ਸਾਹਿਬ ਦਾ ਬਹੁਤ ਵੱਡਾ ਮਹੱਤਵ ਹੈ, ਇਹਨੂੰ ਛੋਟਾ ਨਾ ਸਮਝੋ, ਸਾਰੀਆਂ ਬਖਸ਼ਿਸ਼ਾਂ ਦੇਣ ਵਾਲੀ ਬਾਣੀ ਹੈ ਜਪਜੀ ਸਾਹਿਬ ਦੀ ਬਾਣੀ। ਸਤਿਗੁਰੂ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਨਿਤਨੇਮ ਦੀ ਦੂਸਰੀ ਬਾਣੀ ਜਾਪ ਸਾਹਿਬ। ਗੁਰੂ ਪਿਆਰਿਓ, ਜਾਪ ਸਾਹਿਬ ਨਿਰਗੁਣ ਵਾਹਿਗੁਰੂ ਦੀ ਉਪਾਸ਼ਨਾ ਹੈ, ਅਕਾਲ ਪੁਰਖ ਦਾ ਕੋਈ ਰੂਪ ਰੰਗ ਨਹੀਂ ਹੈ। ਜਿਹੜਾ ਆਪਾਂ ਨਾਮ ਜਪਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ, ਜਿਹੜੇ ਬੰਦੇ ਨਾਮ ਜਪਦੇ ਨੇ ਜਾਂ ਬਾਣੀ ਪੜ੍ਹਦੇ ਨੇ, ਉਹ ਬਾਅਦ 'ਚ ਪਤਾ ਕੀ ਹੁੰਦਾ, ਨਾਮ ਜਾਂ ਬਾਣੀ ਦਾ ਹੀ ਰੂਪ ਹੋ ਜਾਂਦੇ ਨੇ। ਜਿਹੜਾ ਕੋਈ ਵਾਹਿਗੁਰੂ ਮੰਤਰ ਜਪਦਾ, ਉਹ ਵਾਹਿਗੁਰੂ ਸ਼ਬਦ ਦਾ ਹੀ ਰੂਪ ਹੋ ਜਾਂਦਾ ਹੈ, ਉਹਨੂੰ ਭੁੱਲ ਜਾਂਦਾ ਵੀ ਉਹ ਆਪ ਕੁਛ ਹੈ। ਨਹੀਂ ਨਹੀਂ, ਉਹਨੂੰ ਨਹੀਂ ਯਾਦ ਰਹਿੰਦਾ, ਹੈ ਨਾ, ਤਾਂ ਉਹ ਵਾਹਿਗੁਰੂ ਸ਼ਬਦ ਦਾ ਹੀ ਰੂਪ ਹੋ ਜਾਂਦਾ ਹੈ ਨਾ। ਜੈਸਾ ਸੇਵੇ ਤੈਸਾ ਹੋਏ, ਉਹ ਫਿਰ ਅੰਤ ਨੂੰ ਵਾਹਿਗੁਰੂ ਦੀ ਅਵਸਥਾ 'ਚ ਚੱਲਿਆ ਜਾਂਦਾ, ਠੀਕ ਹੈ। ਜਾਪ ਸਾਹਿਬ ਦੇ 5 ਪਾਠ ਜਿਹੜਾ ਡੇਲੀ ਕਰੂਗਾ, ਜੇ ਕਿਸੇ ਨੂੰ ਕਸਰ ਹੈ, ਕੋਈ ਮਾੜੀਆਂ ਰੂਹਾਂ ਤੰਗ ਕਰਦੀਆਂ, ਕੋਈ ਵੀ ਐਰੀ ਗੈਰੀ ਚੀਜ਼ ਹੈ, ਉਹ ਖਤਮ ਹੋ ਜੂਗੀ।
ਜਲ ਕੋਲੇ ਰੱਖ ਕੇ ਕਰੋ ਜਲ ਛਿੜਕ ਦਿਆ। ਜਾਪ ਸਾਹਿਬ ਦੀ ਬਾਣੀ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਇੱਛਾ ਵੀ ਬ੍ਰਹਮ ਗਿਆਨ ਮਿਲੇ, ਉਹ ਨਿਰਗੁਣ ਵਾਹਿਗੁਰੂ ਦੇ ਵਿੱਚ ਜਾਣ ਲੱਗ ਜਾਣਗੇ। ਦੋ ਤਰ੍ਹਾਂ ਦੇ ਜਗਿਆਸੂ ਹੁੰਦੇ, ਇੱਕ ਜਿਨ੍ਹਾਂ ਨੂੰ ਸੰਸਾਰੀ ਲੋੜਾਂ ਹੁੰਦੀਆਂ, ਇੱਕ ਜਿਨ੍ਹਾਂ ਨੂੰ ਵਾਹਿਗੁਰੂ ਤੋਂ ਵਾਹਿਗੁਰੂ ਚਾਹੀਦਾ ਹੁੰਦਾ, ਰੱਬ ਚਾਹੀਦਾ ਹੁੰਦਾ। ਸਤਿਗੁਰੂ ਸਾਰਾ ਕੁਛ ਦਿੰਦੇ ਨੇ, ਧਰਮ ਅਰਥ ਕਾਮ ਮੋਖ, ਹਨਾ, ਇਹ ਚਾਰੇ ਫਲ ਗੁਰੂ ਸਾਹਿਬ ਦੇ ਕੋਲੇ ਨੇ। ਸੋ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਹੈ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ ਜਾਪ ਸਾਹਿਬ ਦੇ ਨਾਲ। ਤੇ ਜਾਪ ਸਾਹਿਬ ਦੀ ਬਾਣੀ ਨਾ ਕਰਮ ਤਾਂ ਐਂ ਕੱਟਦੀ ਆ, ਉਹ ਹੋ ਹੋ ਤੁਸੀਂ ਕਹੋਗੇ ਵੀ ਮੇਰਾ ਸਰੀਰ ਕਿਵੇਂ ਹੌਲਾ ਰਹਿਣ ਲੱਗ ਗਿਆ, ਇਹ ਏਡੀ ਕਿਰਪਾ ਕਿਵੇਂ ਮਹਿਸੂਸ ਹੋ ਰਹੀ ਹੈ, ਬਹੁਤ ਵੱਡਾ ਭਾਰੀ ਪਿਆ ਹੈ। ਆਪਾਂ ਤਾਂ ਚੋਰ ਬਣ ਕੇ ਲੁੱਟਣਾ ਹੈ, ਮਹਾਰਾਜ ਜੀ ਤਾਂ ਚਾਹੁੰਦੇ ਨੇ ਵੀ ਸਾਨੂੰ ਕੋਈ ਲੁੱਟੇ, ਹੈ ਆਪਾਂ ਲੁੱਟਦੇ ਹੀ ਨਹੀਂ ਹੈ। ਜਾਪ ਸਾਹਿਬ ਪੜ੍ਹਿਆ ਕਰੋ, ਗੁਰੂ ਸਾਹਿਬ ਦੀਆਂ ਬਹੁਤ ਬਖਸ਼ਿਸ਼ਾਂ ਹੋਣਗੀਆਂ। ਸਤਿ ਪ੍ਰਸਾਦ ਸਵਈਏ, ਸਰਾਵਕ ਸੁੱਧ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ। ਇਹ ਵਾਲੇ ਸਵਈਏ ਮਹਾਰਾਜ ਜੀ ਦੇ ਜੋ ਪੰਜ ਬਾਣੀਆਂ ਦੇ ਨਿਤਨੇਮ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼। ਆਪਾਂ ਨੂੰ ਐਂ ਲੱਗਦਾ ਵੀ ਛੋਟੇ ਜਿਹੇ ਸਵਈਏ ਨੇ, ਵੀ ਇਹ ਤਾਂ ਵੈਸੇ ਹੀ, ਇਹਨਾਂ ਦੇ ਨਾਲ ਕਿਹੜਾ ਕੁਛ ਹੁੰਦਾ ਹੈ। ਜਿੰਨੀ ਮਹਾਰਾਜ ਜੀ ਨਾ ਬੜੇ ਅਗੰਮੀ ਨੇ, ਸਤਿਗੁਰੂ ਜੀ ਨੂੰ ਸਮਝਣਾ ਬਹੁਤ ਔਖਾ ਹੈ। ਗੁਰੂ ਦਾ ਮਤਲਬ ਕੀ ਹੈ? ਹੈਂ, ਜਿਵੇਂ ਗੁਰਬਾਣੀ 'ਚ ਇੱਕ ਪੰਕਤੀ ਆਉਂਦੀ ਹੈ, ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿਹੜਾ ਸਾਧੂ ਹੁੰਦਾ ਨਾ, ਉਹਦੇ ਨਾਲ ਜੇ ਆਪਾਂ ਰਹਿਣ ਲੱਗ ਜਾਈਏ ਤਾਂ ਜ਼ਿਆਦਾ ਸਾਧਨਾ ਘਾਲਣਾ ਨਿਕਾਲਣੀ ਪੈਂਦੀ, ਸਹਿਜੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਜਿਹਨੇ ਆਪ ਬੰਦਗੀ ਕੀਤੀ ਸਾਨੂੰ ਰਾਹ ਦੱਸ ਦਿੰਦਾ ਬੰਦਗੀ ਦਾ। ਇਸੇ ਤਰ੍ਹਾਂ ਗੁਰੂ ਸਾਹਿਬ ਨੂੰ ਪਤਾ ਹੈ ਵੀ ਆਪਾਂ ਕਲਯੁਗੀ ਜੀਵ ਆ ਸਾਰੇ, ਵੀ ਇਹਨਾਂ ਤੋਂ ਜ਼ਿਆਦਾ ਜਪ ਤਪ ਨਹੀਂ ਹੋਣਾ। ਇਹ ਤਾਂ ਅੱਧੇ ਘੰਟੇ ਬਾਅਦ ਕਹਿਣ ਲੱਗ ਜਾਂਦੇ ਆ, ਬਸ ਕਰੋ ਉੱਠ ਖੜੀਏ, ਚਲੋ ਹੁਣ ਬਸ ਚੱਲੀਏ। ਹੁਣ ਆਪਾਂ ਇੰਨੇ ਕੁ ਯੋਗੇ ਹਾਂ, ਮਹਾਰਾਜ ਜੀ ਨੂੰ ਵੀ ਪਤਾ ਹੈ ਆਪਣੇ ਬਾਰੇ ਸਾਰਾ ਕੁਛ ਹੀ ਪਤਾ ਹੈ। ਮਹਾਰਾਜ ਜੀ ਕਿਹੜਾ ਦੇਖ ਨਹੀਂ ਸਕਦੇ, ਸਭ ਕੁਛ ਦੇਖ ਸਕਦੇ। ਛੋਟੀ ਜੀ ਬਿਲਕੁਲ ਛੋਟੀ ਜਿਹੀ ਬਾਣੀ ਆਪਾਂ ਨੂੰ ਦਿੱਤੀ ਮਹਾਰਾਜ ਜੀ ਨੇ, ਤਪ ਪ੍ਰਸਾਦ ਸਵਈਏ, ਪਰ ਜੇ ਤੁਹਾਨੂੰ ਦੱਸੀਏ ਇਹਦੀ ਮਹਿਮਾ, ਓਹੋ, ਜੇ ਤੁਸੀਂ ਇਹਦੇ ਅਰਥ ਪੜ੍ਹ ਲਓ ਗੁਰਮੁਖੋ, ਤੁਹਾਨੂੰ ਰੱਬ ਨਾਲ ਪਿਆਰ ਹੋ ਜਾਏ, ਤੁਹਾਨੂੰ ਵਾਹਿਗੁਰੂ ਨਾਲ ਪਿਆਰ ਹੋ ਜਾਏ। ਦੂਸਰੀ ਗੱਲ, ਜਿਹੜੇ ਤੁਹਾਡੇ ਸੰਸਾਰੀ ਕਰਮ ਨੇ ਉਹ ਕੱਟੇ ਜਾਣਗੇ। ਜਿਹੜਾ ਬੰਦਾ ਜਿਵੇਂ ਜਿਵੇਂ ਡੇਲੀ ਡੇਲੀ ਸਵਈਆਂ ਦੀ ਪਾਠ ਕਰੀ ਜਾਂਦਾ, ਉਹਦੇ ਅੰਦਰੋਂ ਅਗਿਆਨ ਖਤਮ ਹੋਈ ਜਾਂਦਾ। ਅਗਿਆਨ ਕਿਵੇਂ ਪੈਦਾ ਹੁੰਦਾ? ਆਪਾਂ ਇੱਧਰੋਂ ਉੱਧਰੋਂ ਜਾਂ ਹੋਰ ਗਿਆਨ ਇਕੱਠਾ ਕੀਤਾ ਹੋਇਆ ਹੈ, ਮਨਮੁੱਖਾਂ ਤੋਂ ਕੀਤਾ ਹੋਇਆ, ਹਨਾ, ਲੋਕਾਂ ਤੋਂ ਆਪਾਂ ਗਿਆਨ ਇਕੱਠਾ ਕੀਤਾ, ਇੰਟਰਨੈਟ ਤੋਂ ਕੀਤਾ, ਕਿਤਾਬਾਂ ਤੋਂ ਇਕੱਠਾ ਕਰ ਲਿਆ, ਆਪਾਂ ਸਾਰਾ ਉੱਪਰ ਇਕੱਠਾ ਕੀਤਾ ਨਾ, ਕਿਤਾਬਾਂ ਮਾੜੀਆਂ ਕਿਤਾਬਾਂ ਕਹਿਣਾ, ਉਹ ਆਪਾਂ ਨੇ ਅੰਦਰ ਵੱਸ ਗਿਆ। ਹੁਣ ਆਪਾਂ ਉਹਨੂੰ ਆਧਾਰ ਮੰਨ ਲਿਆ, ਆਪਾਂ ਕਹਿੰਦੇ ਵੀ ਹਾਂ ਇਹ ਠੀਕ ਹੈ, ਬਸ ਇਹੀ ਠੀਕ ਹੈ। ਜੋ ਤੁਹਾਡੀ ਬੁੱਧੀ ਨੇ ਸਮਝ ਲਿਆ, ਮਤ ਕਹਿੰਦੇ ਆ ਜਦੋਂ ਆਪਾਂ ਕੁਝ ਸਮਝਦੇ ਹਾਂ ਉਹਨੂੰ, ਮਤ ਨੇ ਸਮਝ ਲਿਆ ਵੀ ਹਾਂ ਇਹ ਠੀਕ ਹੈ। ਪਰ ਜਦੋਂ ਹੁਣ ਗੁਰੂ ਸਾਹਿਬ ਜੀ ਹੈਗੇ ਨੇ ਆਪ ਪਰਮੇਸ਼ਰ, ਜਦੋਂ ਫਿਰ ਗੁਰੂ ਸਾਹਿਬ ਕੋਈ ਬਚਨ ਲਿਖਦੇ ਨੇ ਗੁਰਬਾਣੀ ਰੂਪ ਦੇ ਵਿੱਚ, ਜਦੋਂ ਤੁਸੀਂ ਉਹਨੂੰ ਪੜ੍ਹਦੇ ਹੋ, ਤੁਹਾਡਾ ਉਹ ਅਗਿਆਨ ਕੱਟਿਆ ਜਾਂਦਾ, ਸਮਝੋ ਆ, ਹੈ ਨਾ। ਅੱਖਰੀ ਗਿਆਨ ਜਦੋਂ ਸਵਈਏ ਪੜ੍ਹੋਗੇ ਨਾ, ਤੁਹਾਡੇ ਅੰਦਰ ਵਾਹਿਗੁਰੂ ਦਾ ਜਸ ਪੈਦਾ ਹੋਏਗਾ, ਤੁਸੀਂ ਜੁੜ ਜਾਓਗੇ ਵਾਹਿਗੁਰੂ ਦੇ ਨਾਲ। ਅਤੇ ਜਦੋਂ ਕੋਈ ਬੰਦਾ ਵਾਹਿਗੁਰੂ ਦੇ ਨਾਲ ਜੁੜਦਾ, ਉਹਦੇ ਕਰਮ ਖਤਮ ਹੁੰਦੇ ਹੀ ਹੁੰਦੇ ਨੇ, ਸੁੱਖ ਆਉਂਦਾ, ਬਹੁਤ ਭਾਰੀ ਸੁੱਖ ਆਉਂਦਾ। ਤੁਸੀਂ ਕਰਕੇ ਦੇਖ ਲਿਓ, ਸਵਈਆਂ ਦਾ ਪਾਠ ਪ੍ਰੇਮ ਨਾਲ, ਹੋਰ ਪ੍ਰੇਮ ਨਾਲ ਕਰਕੇ ਦੇਖ ਲਿਓ, ਤੁਹਾਡੇ ਜੀਵਨ 'ਚ ਸੁੱਖ ਵੱਧ ਜਾਏਗਾ। ਜਿਹਨਾਂ ਦੇ ਅੰਦਰ ਰੋਗ ਨੇ, ਚਿੰਤਾਵਾਂ ਨੇ, ਜਿਹੜੇ ਪਾਠ ਨਹੀਂ ਕਰ ਸਕਦੇ, ਉਹ ਸੁਣ ਲਿਆ ਕਰੋ, ਲਾ ਕੇ ਅਰਥ ਸੁਣੋ, ਤਾਂ ਪ੍ਰਸਾਦ ਸਵਈਆਂ ਦੇ ਅਰਥ ਸੁਣੋ ਕੱਢ ਕੇ। ਹੁਣ ਤਾਂ ਸੌਖਾ ਇੰਨਾ ਹੋ ਗਿਆ, ਨੈੱਟ 'ਤੇ ਬਸ ਦੋ ਅੱਖਰ ਭਰਨੇ ਨੇ ਆਪਣੇ ਕੋਲ, ਕਿੰਨੇ ਤਰ੍ਹਾਂ ਦੇ ਅਰਥ ਆ ਜਾਣੇ ਨੇ, ਕਿੰਨੇ ਤਰ੍ਹਾਂ ਦਾ ਪਾਠ ਆ ਜਾਣਾ, ਕਿੰਨਾ ਸੌਖਾ ਕਰਤਾ ਮਹਾਰਾਜ ਜੀ ਨੇ। ਸੱਚੇ ਪਾਤਸ਼ਾਹ ਜੀ ਆਪਾਂ ਕਿੰਨੇ ਸ਼ੁਕਰਗੁਜ਼ਾਰ ਹਾਂ, ਹੈ ਨਾ। ਪਹਿਲਾਂ ਐਂ ਹੁੰਦਾ ਸੀ, ਆਪਾਂ ਨੂੰ ਜਿਹੜੇ ਵਿਦਵਾਨ ਹੁੰਦੇ ਸੀ ਉਹਨਾਂ ਕੋਲ ਜਾਣਾ ਪੈਂਦਾ ਸੀ, ਪਰ ਸ਼ਾਮ ਨੂੰ ਰਹਿ ਰਸ ਦੇ ਵਿੱਚ ਫਿਰ ਇਹ ਹੋਰ ਵੀ ਪਹਿਲਾਂ ਸ਼ੁਰੂ ਹੁੰਦਾ,
ਉਹ ਆਪਣਾ ਵੱਡਾ ਪਾਠ ਹੈ ਥੋੜ੍ਹਾ ਜਿਹਾ, ਹੈ ਨਾ। ਹੁਣ ਕਈ ਜਗ੍ਹਾ 'ਤੇ ਤਾਂ ਉਹ ਬੰਦ ਹੀ ਕਰਤਾ ਹੈ, ਚੌਪਾਈ ਸਾਹਿਬ ਅੱਧਾ ਹੀ ਪੜ੍ਹਦੇ ਨੇ ਬਸ, ਉਹ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਕੋਈ ਲਿਖਤੀ 10ਵੇਂ ਪਾਤਸ਼ਾਹ ਉਹਨਾਂ ਨੂੰ ਦੇ ਗਏ ਨੇ ਵੀ ਤੁਸੀਂ ਅੱਧਾ ਕਰ ਲਿਆ ਕਰੋ, ਕੋਈ ਨਾ ਤੁਹਾਨੂੰ ਡਿਸਕਾਊਂਟ ਦੇ ਦਿੰਦੇ, ਹੈ ਨਾ। ਇਹਨਾਂ ਦੇ ਕੁੱਟ ਪੈਣੀ ਬਹੁਤ ਜ਼ਿਆਦਾ, ਇਹਨਾਂ ਦੇ ਪਿੱਛੇ ਨਹੀਂ ਲੱਗਣਾ, ਪੂਰਾ ਚੌਪਾਈ ਸਾਹਿਬ ਪੜ੍ਹਨਾ, ਪੂਰਾ ਚੌਪਾਈ ਸਾਹਿਬ ਦਾ ਪਾਠ ਕਰਨਾ। ਜੇ ਇਹ ਕਹਿੰਦੇ ਆ ਇਹ ਫਲਾਨਾ ਮਤ ਹੈ, ਇਹ ਢਮਕਾਨਾ ਮਤ ਹੈ, ਕੋਈ ਨਹੀਂ, ਸਾਰੀ ਮਹਾਰਾਜ ਨੇ ਆਪਾਂ ਨੂੰ ਗਿਆਨ ਦੇਣ ਲਈ ਬਾਣੀ ਲਿਖੀ ਹੈ, ਆਪਣੇ ਕਰਮ ਕੱਟਣ ਦੇ ਲਈ ਬਾਣੀ ਲਿਖੀ ਹੈ। ਚੌਪਾਈ ਸਾਹਿਬ ਦੀ ਮਹਾਨਤਾ ਹੀ ਤੁਹਾਨੂੰ ਪਤਾ ਹੀ ਨਹੀਂ ਹੈਗਾ ਕੀ ਹੈ। ਜਿਹੜਾ ਬੰਦਾ ਚੌਪਾਈ ਸਾਹਿਬ ਦਾ, ਚੌਪਾਈ ਸਾਹਿਬ ਦਾ ਮਤਲਬ ਕੀ ਹੈ, ਚੌਪਾਈ ਸਾਹਿਬ ਦੇ ਸ਼ਬਦ ਕੀ ਨੇ, ਤੁਸੀਂ ਪੜ੍ਹ ਕੇ ਤਾਂ ਦੇਖੋ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਿਤ ਪਾਰਾ। ਦੇਖੋ ਵੀ ਹੇ ਵਾਹਿਗੁਰੂ ਮੇਰੀ ਇੱਛਾ ਪੂਰਨ ਕਰੋ ਸੱਚੇ ਪਾਤਸ਼ਾਹ, ਕਿੰਨੇ ਸਾਰੇ ਮਨ ਦੇ ਭਾਵ। ਪਾਠ ਜਦੋਂ ਕਰਨਾ ਹੈ ਨਾ, ਚੌਪਾਈ ਸਾਹਿਬ ਦਾ ਰੂਪ ਹੀ ਹੋ ਜਾਣਾ ਹੈ। ਰੂਪ ਕਿਵੇਂ ਹੋਵੋਗੇ, ਜਦੋਂ ਕਿਹਾ ਹਮਰੀ ਕਰੋ ਹਾਥ ਦਾ ਰੱਛਾ, ਉਦੋਂ ਕਹਿਣਾ ਅੰਦਰੋਂ ਮਹਾਰਾਜ ਜੀ ਮੇਰੀ ਰੱਖਿਆ ਕਰੋ, ਕਿੱਥੋਂ ਇਸ ਸੰਸਾਰ ਦੇ ਵਿੱਚ ਵੀ ਰੱਖਿਆ ਕਰੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਲੋਕ 'ਚ ਵੀ ਮੇਰੀ ਰੱਖਿਆ ਕਰਨੀ ਤੁਸੀਂ, ਤੇ ਮਹਾਰਾਜ ਮੇਰੇ ਮਨ ਬੁੱਧੀ ਦੇ ਅੰਦਰ ਵੀ ਮੇਰੀ ਮਾੜੇ ਵਿਚਾਰਾਂ ਤੋਂ ਰੱਖਿਆ ਕਰੋ। ਅਕਾਲ ਪੁਰਖ ਅੰਦਰ ਬੈਠਾ, ਆਪਾਂ ਨੂੰ ਪਤਾ ਹੀ ਨਹੀਂ ਹੈਗਾ, ਜੋਤ ਰੂਪ ਆਪਣੇ ਅੰਦਰ ਹੈ। ਤੇ ਇਸ ਤਰ੍ਹਾਂ ਜਦੋਂ ਪਾਠ ਕਰਾਂਗੇ, ਇਕੱਲੀ ਇਕੱਲੀ ਪੰਕਤੀ ਦਾ ਰੂਪ ਹੁੰਦੇ ਜਾਣਾ ਹੈ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦੈ ਲਿਹੋ ਉਬਾਰੀ, ਹੇ ਖੜਗ ਕੇਤ ਹੇ ਸ਼ਸਤਰਧਾਰੀ ਅਕਾਲ ਪੁਰਖ, ਮੈਂ ਤੇਰੀ ਸ਼ਰਨ ਚ ਹਾਂ, ਹੈ ਮੈਨੂੰ ਆਪਣਾ ਹੱਥ ਦੇ ਕੇ ਰੱਖ ਲੈ ਸੱਚੇ ਪਾਤਸ਼ਾਹ। ਇਸ ਤਰ੍ਹਾਂ ਪਾਠ ਕਰਕੇ ਦੇਖਿਓ, ਤੁਸੀਂ ਪਾਠ ਦਾ ਰੂਪ ਹੀ ਹੋ ਜਾਓਗੇ। ਮਹਾਰਾਜ ਕਹਿੰਦੇ ਗੁਰਬਾਣੀ ਬਣੀ ਹੈ, ਮਹਾਰਾਜ ਕਹਿੰਦੇ ਗੁਰਬਾਣੀ ਦਾ ਰੂਪ ਹੀ ਹੋ ਜਾਓ। ਹੈ ਇਹ ਕਿਉਂ ਕਿਹਾ ਮਹਾਰਾਜ ਜੀ ਨੇ, ਗੁਰਬਾਣੀ ਦਾ ਰੂਪ ਹੀ ਹੋ ਜਾਣਾ, ਗੁਰਬਾਣੀ ਦੇ ਵਿੱਚ ਹੀ ਲੀਨ ਹੋ ਜਾਣਾ, ਆਪਣਾ ਆਪਾ ਭੁੱਲ ਜਾਣਾ। ਇਸ ਤਰ੍ਹਾਂ ਬੰਦਗੀ ਹੁੰਦੀ ਹੈ। ਇਹ ਨਹੀਂ ਵੀ ਆਪਾਂ ਪੋਥੀ ਫੜ ਕੇ ਬੈਠੇ ਤੇ ਮਾਨ ਆਪਣਾ ਰਿਸ਼ਤੇਦਾਰੀਆਂ ਤੁਰਿਆ ਫਿਰਦਾ, ਜਾਂ ਕਿਤੇ ਹੋਰ ਸਮਾਨ ਲੈਣ ਜਾਣਾ ਉੱਥੇ ਤੁਰਿਆ, ਇਦੋਂ ਚੰਗਾ ਤਾਂ ਸਮਾਨ ਲਿਆਓ, ਕੰਮ ਕਰ ਲਓ ਜਿਹੜਾ ਕਰਨਾ, ਨਾ ਕਰੋ ਪਾਠ, ਆ ਕੇ ਕਰ ਲਓ। ਪਰ ਜਦੋਂ ਪਾਠ ਕਰਨਾ, ਉਦੋਂ ਪਾਠ ਦਾ ਬਿਲਕੁਲ ਇੱਕ ਇੱਕ ਅੱਖਰ ਦਾ ਰੂਪ ਹੋ ਜਾਣਾ ਗੁਰੂ ਪਿਆਰਿਓ, ਕਿਉਂਕਿ ਮਹਾਰਾਜ ਜੀ ਇਹ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਬਾਣੀ ਕੀ ਹੈ, ਬਾਣੀ ਵਾਹਿਗੁਰੂ ਦੀ ਉਸਤਤ ਹੈ, ਗੁਰੂ ਦੀ ਉਸਤਤ ਹੈ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵੀ ਉਸਤਤ ਹੈ। ਸੰਤਾਂ ਦੀ ਕਿੰਨੀ ਮਹਿਮਾ ਆਉਂਦੀ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਹੈ ਨਾ। ਕਈ ਲੋਕ ਸੰਤਾਂ ਨੂੰ ਵੀ ਨਿੰਦੀ ਜਾਂਦੇ, ਉਹ ਭਾਈ ਤੁਹਾਡਾ ਤਾਂ ਦੇਖੀ ਚੱਲਿਓ, ਕੋਈ ਗੱਲ ਨਹੀਂ, ਕੁਛ ਨਹੀਂ ਕਹਿਣਾ ਤੁਹਾਨੂੰ ਕਿਸੇ ਨੇ, ਸਿਸਟਮ ਬਣਿਆ ਹੋਇਆ ਸਾਰਾ ਵਾਹਿਗੁਰੂ ਦਾ। ਰੱਬ ਦੀ ਡਾਂਗ ਛੇਤੀ ਨਹੀਂ ਵੱਜਦੀ, ਪਰ ਜਦੋਂ ਵੱਜਦੀ ਹੈ ਫਿਰ ਦੁੱਖ ਨਹੀਂ ਹੁੰਦਾ, ਫਿਰ ਆਤਮਾ ਦਾ ਖਾਤਮਾ ਹੋ ਜਾਂਦਾ ਹੈ। ਹੈ ਰੱਬ ਉਹਨਾਂ ਤੋਂ ਸ਼ਾਂਤੀ ਖੋਹ ਲੈਂਦਾ, ਵੈਸੇ ਵੀ ਜਿਹੜੇ ਰੱਬ ਦੇ ਨਿੰਦਕ ਹੁੰਦੇ, ਸੰਤਾਂ ਦੇ ਨਿੰਦਕ ਹੁੰਦੇ, ਅਸਲੀ ਸੰਤ ਗੁਰਸਤ ਕੁੱਟ ਪੈਂਦੀ। ਚੌਪਈ ਸਾਹਿਬ ਦਾ ਜਿਹੜਾ ਬੰਦਾ 40 ਪਾਠ ਕਰ ਲੈਂਦਾ ਡੇਲੀ, ਕਰਦਾ ਹੀ ਕਰਦਾ ਹੈ, ਉਹਨੂੰ ਮੁਕਤੀ ਮੰਗਣ ਦੀ ਲੋੜ ਨਹੀਂ, ਬਿਸ਼ਰਤੇ ਉਹ ਨਿੰਦਿਆ ਨਾ ਕਰੇ, ਉਹ ਕਿਤੋਂ ਠੱਗੀ ਨਾ ਕਰੇ, ਹੋਰ ਕੁਛ ਨਾ ਕਰੇ, ਉਹਨੂੰ ਮੰਗਣ ਦੀ ਲੋੜ ਨਹੀਂ, ਉਹਨੂੰ ਮਿਲੂਗੀ। ਸ਼ਹੀਦ ਬਹੁਤ ਖੁਸ਼ ਹੁੰਦੇ ਜਿਹੜਾ ਬੰਦਾ ਚੌਪਈ ਸਾਹਿਬ ਦਾ ਪਾਠ ਨਿਤਨੇਮ ਦੇ ਵਿੱਚ ਕਰਦਾ ਹੈ। ਇਹਨੂੰ ਕਰਨਾ ਹੀ ਕਰਨਾ, ਪੂਰਾ ਕਰਨਾ। ਕਈ ਤੁਹਾਡੇ ਨਾਲ ਐਡੀ ਵੱਡੀ ਸਾਜਿਸ਼ ਹੋ ਰਹੀ ਹੈ, ਤੁਹਾਡੀਆਂ ਤਾਂ ਪੋਥੀਆਂ ਦੇ ਵਿੱਚ ਉਹਨਾਂ ਨੇ ਅੱਧੀ ਚੌਪਈ ਸਾਹਿਬ ਦੀ ਬਾਣੀ ਜਾਪਤੀ ਹੈ, ਤੁਹਾਨੂੰ ਪਤਾ ਹੀ ਨਹੀਂ, ਕਿਉਂਕਿ ਤੁਸੀਂ ਖੋਜ ਨਹੀਂ ਨਾ ਕਰਦੇ, ਤੁਸੀਂ ਖੋਜ ਨਹੀਂ ਕਰਦੇ, ਤੁਸੀਂ ਕਦੇ ਸਵਾਲ ਨਹੀਂ ਕਰਦੇ ਵੀ ਇਹਦੀ ਕਿਉਂ ਛਾਪੀ ਹੈ, ਕਿਹਨੂੰ ਪੁੱਛੇ ਛਾਪੀ ਹੈ। ਇਹ ਆਪੇ ਹੀ 4-5 ਬੰਦੇ ਇਕੱਠੇ ਹੋ ਕੇ ਬਹਿ ਜਾਂਦੇ ਨੇ, ਫਿਰ ਇਹ ਡਿਸਾਈਡ ਕਰ ਲੈਂਦੇ ਨੇ ਇਹ ਬਾਣੀ ਹੈ ਨਹੀਂ, ਇਹ ਹੈਗੀ ਹੈ, ਇਹਨਾਂ ਨੂੰ ਕੁਛ ਪਤਾ ਹੀ ਨਹੀਂ ਹੈਗਾ। ਪੁਰਾਤਨ ਪੋਥੀਆਂ ਕੱਢ ਕੇ ਦੇਖੋ, ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦੀਆਂ, ਉਹਨਾਂ ਵਿੱਚ ਚੌਪਈ ਸਾਹਿਬ ਦਾ ਪੂਰਾ ਪਾਠ ਹੈ, ਤੇ ਤੁਸੀਂ ਇੱਦਾਂ ਹੀ ਕਰੀ ਜਾਂਦੇ ਹੋ। ਫਿਰ ਬਾਬਾ ਦੀਪ ਸਿੰਘ ਜੀ ਖੁਸ਼ ਹੋਣਗੇ ਜਾਂ ਨਾਰਾਜ਼ ਹੋਣਗੇ, ਜਦ ਪੂਰਾ ਪਾਠ ਹੀ ਨਹੀਂ ਪੂਰਾ ਕਰਨਾ। ਜਦੋਂ ਆਪਾਂ ਖੁਸ਼ੀ ਤਾਂ ਉਹਨਾਂ ਦੀ ਤਾਂ ਲਵਾਂਗੇ ਨਾ, ਜੇ ਅਸੀਂ ਉਹਨਾਂ ਦੀ ਗੱਲ ਤਾਂ ਮੰਨਦੇ ਹੀ ਨਹੀਂ, ਆਪਾਂ ਤਾਂ ਇਹਨਾਂ ਦੀ ਗੱਲ ਮੰਨਦੇ ਹਾਂ।
ਹੈ, ਇਹਨਾਂ ਦੀ ਗੱਲ ਥੋੜੀ ਮੰਨਣੀ, ਸਤਿਗੁਰੂ ਦੀ ਗੱਲ ਮੰਨਣੀ ਹੈ। ਕਿੰਤੂ ਪਰੰਤੂ ਵਾਲਿਆਂ ਨੂੰ ਤਾਂ ਉਹਨੇ ਤਾਂ ਨੇੜੇ ਵੀ ਨਹੀਂ ਖੜਨਾ। ਕਬੀਰ ਸਾਕਤ ਸੰਗ ਨਾ ਕੀਜੀਆਂ ਦੂਰ ਜਾਈਏ, ਭਾਗ ਦੇਖ ਕੇ ਭੱਜਿਆ ਗੁਰੂ ਪਰੇ, ਵੀ ਉਹ ਆ ਗਿਆ, ਇਹਨੇ ਪੁੱਠੀ ਗੱਲ ਕਰਨੀ, ਕੋਈ ਗੁਰਬਾਣੀ ਦੀ ਆਪਣੀ ਨਵੀਂ ਸ਼ੁਰਲੀ ਛੱਡਣੀ ਹੁੰਦੀ ਇਹਨਾਂ ਨੇ, ਕੋਈ ਨਵੀਂ ਜੀ ਵੀ ਸਾਨੂੰ ਕੋਈ ਸੁਣੇ। ਠੀਕ ਹੈ, ਆਪਾਂ ਗੁਰੂ ਦੀ ਮਰਿਆਦਾ ਨਾਲ ਨਹੀਂ ਖੇਡਣਾ, ਬਿਲਕੁਲ ਨਹੀਂ ਖੇਡਣਾ। ਆਪਣੀ ਔਕਾਤ ਕੀ ਹੈ ਗੁਰਮੁਖੋ, ਮਹਾਰਾਜ ਜੀ ਦੇ ਥੋੜ੍ਹੀ ਜਿਹੀ ਤਾਕਤ ਪਿੱਛੇ ਕਰ ਲਈ ਨਾ, ਦੇਖਿਆ ਕੋਈ ਪੈਰਾਲਾਈਜ਼ ਹੋਏ ਪਏ ਹੁੰਦੇ ਆ, ਸਾਰੇ ਸਰੀਰ 'ਚ ਜਾਨ ਹੁੰਦੀ ਹੁੰਦੀ ਹੈ ਪਰ ਕੰਮ ਨਹੀਂ ਕਰ ਸਕਦੇ, ਕਿਸੇ ਨੂੰ ਕੁਛ ਹੋਇਆ ਜਾਂਦਾ, ਕਿਸੇ ਨੂੰ ਕੁਛ ਹੋਇਆ, ਇਹ ਪੁੱਠੇ ਕੰਮ ਕੀਤੇ ਹੁੰਦੇ ਇਹਨਾਂ ਨੇ ਸਾਰੇ, ਤੁਹਾਡੀ ਸੁਰਤ ਡਾਇਰੈਕਟ ਉੱਥੇ ਜਾ ਕੇ ਜੁੜ ਜਾਂਦੀ ਹੈ। ਜਦੋਂ ਤੁਸੀਂ ਆਨੰਦ ਸਾਹਿਬ ਦਾ ਪਾਠ ਕਰਦੇ ਹੋ, ਜਿਹੜਾ ਸਾਡੇ ਅੰਦਰ ਆਨੰਦਮਈ ਕੋਸ਼ ਹੈ, ਸਾਡੀ ਸੁਰਤ ਡਾਇਰੈਕਟ ਜਾ ਹੀ ਉੱਥੇ ਜੁੜਦੀ ਹੈ, ਅਸੀਂ ਆਨੰਦ 'ਚ ਰਹਿੰਦੇ ਹਾਂ। ਹੁਣ ਕਈਆਂ ਨੂੰ ਆਨੰਦ ਕਿਉਂ ਨਹੀਂ ਆਉਂਦਾ ਆਨੰਦ ਸਾਹਿਬ 'ਚੋਂ, ਵਿਚਾਰ ਕੇ ਨਹੀਂ ਪੜ੍ਹਦੇ, ਰੱਟਾ ਹੀ ਭਰ ਜਾਂਦੇ ਬਸ, ਹੈਂ ਫਟਾਫਟ ਚਲਾਇਆ ਗੱਡੀ ਚਲਾਈ ਅਤੇ 7-8 ਮਿੰਟਾਂ 'ਚ ਪਾਠ ਕਰ ਲਿਆ, ਆਏ ਨਹੀਂ। ਆਨੰਦ ਸਾਹਿਬ ਦਾ ਪਾਠ ਕਲੀ ਕਲੀ ਪੌੜੀ ਪ੍ਰੇਮ ਨਾਲ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ। ਇਸ ਤਰ੍ਹਾਂ ਕਰੋ, ਦੇਖਿਓ ਫਿਰ ਬਾਣੀ ਦੇ ਨਾਲ ਮਨ ਨੱਚੇਗਾ, ਨਾਚ ਰੇ ਮਨ ਗੁਰ ਕੇ ਆ ਕੇ, ਗੁਰਬਾਣੀ 'ਚ ਸਰੀਰ ਨੇ ਨਹੀਂ ਨੱਚਣਾ, ਮਨ ਨੇ ਨੱਚਣਾ ਹੈ। ਉਹ ਕਿਵੇਂ? ਮਨ ਨੇ ਗੁਰਬਾਣੀ ਦੀ ਲਹਿ ਦੇ ਅਨੁਕੂਲ ਹੋ ਜਾਣਾ, ਰਾਗ ਦੇ ਅਨੁਕੂਲ ਹੋ ਜਾਣਾ, ਉਸ ਧੁਨ ਦੇ ਵਿੱਚ ਲੀਨ ਹੋ ਜਾਣਾ ਹੈ। ਗੁਰਬਾਣੀ ਦੀ ਜਿਹੜੀ ਧੁਨ ਹੈ ਨਾ, ਜਿਹੜੀ ਗੁਰਬਾਣੀ ਦੀ ਧੁਨ ਹੈ ਜੋ ਤੁਸੀਂ ਉਚਾਰਨ ਕਰਦੇ, ਚਾਹੇ ਬੋਲ ਕੇ ਕਰਦੇ ਹੋ, ਚਾਹੇ ਤੁਸੀਂ ਅੰਦਰ ਅੰਦਰ ਵੀ ਤਾਂ ਆਵਾਜ਼ ਆਉਂਦੀ ਹੈ ਨਾ, ਜਦੋਂ ਆਪਾਂ ਬਿਨਾਂ ਬੋਲੇ ਕਰਦੇ ਤਾਂ ਮਨ ਬੋਲਦਾ ਹੈ ਨਾ, ਉਹਦੇ ਵਿੱਚ ਲੀਨ ਹੋ ਜਾਣਾ ਹੈ ਬਿਲਕੁਲ, ਉਹਦੇ ਵਿੱਚ ਬਿਲਕੁਲ ਜੁੜ ਜਾਣਾ ਹੈ। ਜਦੋਂ ਤੁਸੀਂ ਉਹਦੇ ਵਿੱਚ ਬਿਲਕੁਲ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਹੋ, ਕੋਈ ਵੀ ਗੁਰਬਾਣੀ ਦਾ ਪਾਠ ਕਰ ਰਹੇ ਹੋ, ਤੁਸੀਂ ਜੁੜ ਗਏ ਤੁਹਾਡਾ। ਦੇਖੋ ਜਦੋਂ ਗੁਰਬਾਣੀ ਨੂੰ ਮਨ ਛੂੰਹਦਾ, ਮਨ ਦੇ ਅੰਦਰ ਗੁਰਬਾਣੀ ਵਾਲੇ ਗੁਣ ਆਉਂਦੇ ਨੇ। ਗੁਰਬਾਣੀ 'ਚ ਕਿਹੜਾ ਗੁਣ ਹੈ? ਗੁਰਬਾਣੀ ਦੇ ਵਿੱਚ ਪੂਰੀ ਦਿਵਯ ਊਰਜਾ, ਦਿਵਯ ਊਰਜਾ ਭਾਵ ਪਰਮਾਤਮਾ ਦਾ ਪ੍ਰਕਾਸ਼ ਹੈ ਗੁਰਬਾਣੀ, ਪਰਮਾਤਮਾ ਦਾ ਪ੍ਰਕਾਸ਼ ਹੈ ਗੁਰਬਾਣੀ। ਜਦੋਂ ਤੁਸੀਂ ਗੁਰਬਾਣੀ ਦੇ ਨਾਲ ਤੁਹਾਡਾ ਮਨ ਜੁੜ ਜਾਂਦਾ ਹੈ, ਗੁਰਬਾਣੀ ਦੇ ਨਾਲ ਤੁਹਾਡਾ ਮਨ ਸਮਾ ਜਾਂਦਾ, ਗੁਰਬਾਣੀ 'ਚ ਸਮਾ ਗਿਆ ਤੁਹਾਡਾ ਮਨ, ਜਦੋਂ ਹੁਣ ਤੁਸੀਂ ਕਹਿ ਰਹੇ ਹੋ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤੁਸੀਂ ਵਿੱਚ ਸਮਾ ਗਏ। ਜਦੋਂ ਸਮਾ ਗਏ ਤਾਂ ਆਨੰਦ ਦਾ ਝਰਨਾ ਚੱਲ ਪੈਣਾ, ਆਨੰਦ ਦਾ ਝਰਨਾ ਚੱਲ ਪੈਣਾ, ਤੁਸੀਂ ਸਾਰਾ ਕੁਛ ਭੁੱਲ ਜਾਣਾ, ਤੁਹਾਨੂੰ ਸਾਰਾ ਕੁਛ ਬਾਹਰੋਂ ਭੁੱਲ ਜਾਣਾ, ਤੁਸੀਂ ਆਪਣੇ ਅੰਦਰ ਉਸ ਆਨੰਦ ਦੇ ਸਾਗਰ ਦੇ ਵਿੱਚ ਟਿਕ ਜਾਣਾ। ਜੇ ਤੁਸੀਂ ਪਾਠ ਕਰਨਾ ਉੱਥੇ ਆਨੰਦ ਖੇੜੇ ਵਿੱਚ, ਪੂਰਾ ਪਾਠ ਆਨੰਦ ਸਾਹਿਬ ਦਾ ਪ੍ਰੇਮ ਨਾਲ ਐਨ ਅੰਤ ਤੱਕ ਲੈ ਕੇ ਆਉਣਾ, ਅੰਤ ਤੱਕ ਸੰਪੂਰਨ ਕਰਨਾ ਪਾਠ। ਇਹਦਾ ਫਲ ਕੀ ਹੈ? ਇਹਦਾ ਬਹੁਤ ਹੀ ਵੱਡਾ ਫਲ ਹੈ। ਇਹਦਾ ਫਲ ਇਹ ਹੈ, ਤੁਹਾਡੇ ਅੰਦਰ ਜਿਹੜੇ ਦੁੱਖ ਦੇ ਕਰਮ ਪਏ ਨੇ, ਤੁਹਾਡੇ ਅੰਦਰ ਜਿਹੜੇ ਸੰਤਾਪ, ਚਿੰਤਾ, ਡਿਪਰੈਸ਼ਨ, ਆਨੰਦ ਸਾਹਿਬ ਡਿਪਰੈਸ਼ਨ ਨੂੰ ਨਹੀਂ ਛੱਡਦਾ। ਜਿਹੜਾ ਬੰਦੇ ਨੂੰ ਡਿਪਰੈਸ਼ਨ ਹੈ, ਜਿਹੜੇ ਬੰਦੇ ਨੂੰ ਡਿਪਰੈਸ਼ਨ ਹੈ, ਚਿੰਤਾ ਹੈ, ਰੋਗ ਲੱਗਿਆ ਸਰੀਰ ਨੂੰ, ਉਹ ਆਨੰਦ ਸਾਹਿਬ ਦਾ ਪਾਠ ਕਰਿਓ, ਸਿੱਧਾ ਆਨੰਦਮਈ ਕੋਸ਼ ਚੋਂ ਹੀ ਤੁਹਾਨੂੰ ਸ਼ਕਤੀ ਮਿਲਣ ਲੱਗ ਜਾਣੀ ਹੈ। ਤੀਜੇ, ਠੀਕ ਹੈ ਨਾ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਕੌਣ ਹੈ? ਗੁਰੂ ਗੋਬਿੰਦ, ਗੁਰੂ ਮਹਾਰਾਜ ਦਾ ਸਰੂਪ ਕੀ ਹੈ? ਗੁਰਬਾਣੀ ਰੂਪ ਹੈ ਮਹਾਰਾਜ ਜੀ ਦਾ। ਜਿੱਥੇ ਗੁਰਬਾਣੀ ਦਾ ਪਾਠ ਹੁੰਦਾ ਮਹਾਰਾਜ ਉੱਥੇ ਆ ਕੇ ਬੈਠ ਜਾਂਦੇ, ਪ੍ਰੇਮ ਨਾਲ ਕੋਈ ਪਾਠ ਕਰਦਾ ਨਾ, ਮਹਾਰਾਜ ਖਿੱਚੇ ਚਲੇ ਜਾਂਦੇ। ਗੁਰੂ ਸਾਹਿਬ ਨੂੰ ਖਿੱਚਣ ਦਾ ਇੱਕੋ ਹੀ ਤਰੀਕਾ ਹੈ, ਪ੍ਰੇਮ ਨਾਲ ਗੁਰਬਾਣੀ ਦਾ ਪਾਠ ਕਰਨ ਲੱਗ ਜਾਓ, ਤੁਹਾਨੂੰ ਆਵਾਜ਼ ਮਾਰਨ ਦੀ ਲੋੜ ਨਹੀਂ, ਮਹਾਰਾਜ ਆਪੇ ਆ ਜਾਣਗੇ, ਮਹਾਰਾਜ ਆਪੇ ਆ ਜਾਣਗੇ, ਤੁਹਾਨੂੰ ਮਹਿਸੂਸ ਹੋਏਗਾ ਜਦੋਂ ਪਾਤਸ਼ਾਹ ਆ ਜਾਂਦੇ ਨੇ।
ਠੀਕ ਹੈ, ਆਨੰਦ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਨਿਤਨੇਮ 'ਚ, 6 ਪੌੜੀਆਂ ਨਹੀਂ ਪੂਰਾ ਕਰਨਾ ਹੈ, 40 ਪਾਣੀ 40 ਪੌੜੀਆਂ ਦਾ, ਠੀਕ ਹੈ ਜੀ। ਆਨੰਦ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੋਗੇ ਨਾ, ਮੁਕਤੀ ਮੰਗਣੀ ਨਹੀਂ ਪੈਣੀ, ਬਸ ਐਸੇ ਗੰਮੀ ਰਸ ਵਿੱਚ ਡੁੱਬੇ ਰਹੋਗੇ ਸਾਰਾ ਦਿਨ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰੇਗਾ, ਬਸ ਆਨੰਦ ਅੰਦਰ ਆਨੰਦ ਹੀ ਚੱਲਦਾ ਰਹੇਗਾ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ